ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼। ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਮਰਹੂਮ ਦੀਪ ਸਿੱਧੂ ਦੇ ਬਾਰੇ, ਸ਼ਹੀਦ ਜਿਨ੍ਹਾਂ ਨੂੰ ਕਿਹਾ ਜਾਂਦਾ ਦੀਪ ਸਿੱਧੂ। ਕੌਣ ਸੀ ਦੀਪ ਸਿੱਧੂ? ਜਦੋਂ ਉਹਨਾਂ ਦਾ ਨਾਮ ਜ਼ੁਬਾਨ 'ਤੇ ਆਉਂਦਾ ਤਾਂ ਆਪ ਮੁਹਾਰੇ ਦਿਮਾਗ ਦੇ ਵਿੱਚ ਕਈ ਸਾਰੇ ਸਵਾਲ ਉੱਠਦੇ ਨੇ ਕਿ ਦੀਪ ਸਿੱਧੂ ਕੌਣ ਸੀ, ਪੰਜਾਬ ਦੇ ਲਈ ਕੀ ਏਜੰਡਾ ਸੀ ਉਸਦਾ, ਕੀ ਉਹ ਪੰਜਾਬ ਨੂੰ ਕਿੱਥੇ ਦੇਖਣਾ ਚਾਹੁੰਦੇ ਸੀ। ਇੱਕ ਜਥੇਬੰਦੀ ਵਾਰਸ ਪੰਜਾਬ ਦੇ ਵੀ ਉਹਨਾਂ ਦੇ ਵੱਲੋਂ ਬਣਾਈ ਗਈ ਸੀ। ਸੋ ਅੱਜ ਦੀਪ ਸਿੱਧੂ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਉਹਨਾਂ ਦੇ ਪੁਰਾਣੇ ਸਾਥੀ ਅਤੇ ਵਾਰਸ ਪੰਜਾਬ ਜਥੇਬੰਦੀ ਦੇ ਸੀਨੀਅਰ ਮੈਂਬਰ ਪਲਵਿੰਦਰ ਸਿੰਘ ਤਲਵਾੜਾ ਜੀ ਨੇ। ਪਲਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਦੀਪ ਸਿੱਧੂ ਦੀ ਗੱਲ ਆਉਂਦੀ ਹੈ, ਕੁਛ ਲੋਕ ਉਹਨਾਂ ਨੂੰ ਸ਼ਹੀਦ ਕਹਿੰਦੇ ਨੇ, ਕੌਮ ਦੇ ਹੀਰੇ ਕਹਿੰਦੇ ਨੇ, ਕੁਛ ਲੋਕ ਉਹਨਾਂ ਨੂੰ ਭਾਜਪਾ RSS ਦਾ ਪਲਾਂਟਿਡ ਏਜੰਟ ਦੱਸਦੇ ਨੇ। ਆਪੋ ਆਪਣਾ ਨਜ਼ਰੀਆ ਵੇਖਣ ਦਾ, ਤੁਸੀਂ ਉਹਨਾਂ ਦੇ ਨਾਲ ਬਹੁਤ ਲੰਬਾ ਸਮਾਂ ਰਹੇ ਹੋ, ਤੁਹਾਡੀ ਨਜ਼ਰ 'ਚ ਦੀਪ ਸਿੱਧੂ ਕੌਣ ਸੀ? ਦੇਖੋ, ਦੀਪ ਸਿੱਧੂ ਪੰਜਾਬ ਨੂੰ, ਪੰਥ ਨੂੰ ਪਿਆਰ ਕਰਨ ਵਾਲਾ ਗੁਰੂ ਕਾ ਸਿੱਖ ਸੀਗਾ, ਜਿਹੜਾ ਪੰਜਾਬ ਔਰ ਪੰਥ ਨੂੰ ਬੇਹੱਦ ਪਿਆਰ ਕਰਦਾ ਸੀ। ਇੰਨਾ ਪਿਆਰ ਕਰਦਾ ਸੀ ਕਿ ਉਹ ਇਹਦੇ ਵਿੱਚ ਰੰਗਿਆ ਹੋਇਆ ਸੀ, ਪੰਜਾਬ ਔਰ ਪੰਥ ਦੇ ਵਿੱਚ। ਜੋ ਮੈਂ ਦੇਖਿਆ, ਕਹਿਣ ਵਾਲੇ ਤਾਂ ਕਹੀ ਹੋ ਜਾਂਦੇ ਹੁੰਦੇ ਨੇ, ਹੈ ਨਾ, ਪਰ ਮੈਨੂੰ ਬਹੁਤ ਲੰਬਾ ਸਮਾਂ ਉਹਦੇ ਨਾਲ ਰਹਿਣ ਦਾ ਮੌਕਾ ਮਿਲਿਆ, ਜਿੰਨਾ ਬਹੁਤਾ ਲੰਬਾ ਸਮਾਂ ਨਹੀਂ, ਜਿੰਨਾ ਚਿਰ ਉਰੇ ਰਿਹਾ ਉਹਦੇ ਨਾਲ ਹੀ ਰਿਹਾ ਮੈਂ, ਪਹਿਲੇ ਦਿਨ ਤੋਂ ਸ਼ੰਭੂ ਮੋਰਚੇ ਤੋਂ ਲੈ ਕੇ। ਅਤੇ ਉਹ ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਤਿਆਰ ਰਹਿੰਦਾ ਸੀ। ਉਹ ਚਾਹੁੰਦਾ ਸੀ ਕਿ ਸਾਡਾ ਪੰਜਾਬ, ਜਿਹੜਾ ਪੁਰਾਣਾ ਪੰਜਾਬ ਹੁੰਦਾ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਪੰਜਾਬ, ਉਹ ਪੰਜਾਬ ਅਸੀਂ ਵਾਪਸ ਲੈ ਕੇ ਆਉਣਾ ਇਸ ਧਰਤੀ 'ਤੇ। ਬਹੁਤ ਵੱਡੀ ਉਹਦੀ ਸੋਚ ਸੀਗੀ, ਅਤੇ ਗੁਰੂ ਨੂੰ ਉਹ ਕੁਛ ਮਨਜ਼ੂਰ ਨਹੀਂ ਸੀਗਾ। ਉਹਦੇ ਜਿਹੜੇ ਸੁਪਨੇ ਸੀ ਪੰਜਾਬ ਪ੍ਰਤੀ, ਪੰਥ ਪ੍ਰਤੀ, ਪੰਜਾਬ ਦੀ ਔਰ ਪੰਥ ਦੀ ਚੜ੍ਹਦੀ ਕਲਾ ਦੇ, ਉਹ ਵਿਚਾਲੇ ਰਹਿ ਗਏ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਿਹੜੀਆਂ ਗੱਲਾਂ ਸਾਡੇ ਨਾਲ ਕਰਦਾ ਸੀ ਉਹਨਾਂ 'ਤੇ ਤੁਰਿਆ ਜਾਵੇ, ਅਤੇ ਉਹਦਾ ਜਿਹੜਾ ਅਧੂਰਾ ਗੱਲ ਆ ਉਹਨੂੰ ਪੂਰਾ ਕੀਤਾ ਜਾਵੇ। ਅਸੀਂ ਲੱਗੇ ਹੋਏ ਹਾਂ ਜਿੰਨੇ ਜੋਗੇ ਹੈਗੇ ਹਾਂ, ਅਤੇ ਜਿੰਨਾ ਪੰਜਾਬ ਪ੍ਰਤੀ ਖਾਲਸਾ ਰਾਜ ਦੀ ਬਹੁਤ ਉਹ ਗੱਲ ਕਰਦਾ ਸੀ। ਜਿਹੜੇ ਸਾਡੇ ਖਾੜਕੂ ਸਿੰਘ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਲੜਿਆ, ਉਹਨਾਂ ਨੂੰ ਉਹ ਬਹੁਤ ਪਿਆਰ ਕਰਦਾ ਸੀ। ਖਾੜਕੂ ਸੰਘਰਸ਼ ਬਾਰੇ ਉਹ ਪੜ੍ਹਦਾ ਬਹੁਤ ਸੀ, ਖਾਲਸਾ ਰਾਜ ਦੀ ਗੱਲ ਕਰਕੇ ਉਹ ਅੱਖਾਂ ਭਰੇ ਆਉਂਦਾ ਸੀ ਵੀ ਸਾਡਾ ਐਡਾ ਵੱਡਾ ਰਾਜ ਹੁੰਦਾ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਉਹ ਬਹੁਤ ਪੜ੍ਹਦਾ ਸੀ, ਹਰੀ ਸਿੰਘ ਨਲੂਏ ਬਾਰੇ ਬਹੁਤ ਪੜ੍ਹਦਾ ਸੀ। ਮੌਜੂਦਾ ਸਮੇਂ ਦੇ ਵਿੱਚ ਖਾੜਕੂ ਸੰਘਰਸ਼ ਦੇ ਵਿੱਚੋਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੂੰ ਉਹ ਬਹੁਤ ਪਿਆਰ ਕਰਦਾ ਸੀ। ਅਤੇ ਜਦੋਂ ਕਿਤੇ ਮੈਂ ਇਹ ਗੱਲ ਬੋਲੀ ਵੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਮੌਜੂਦਾ ਸਮੇਂ ਦਾ ਹਰੀ ਸਿੰਘ ਨੜੂਆ ਸੀ, ਉਹ ਬਹੁਤ ਖੁਸ਼ ਹੋਇਆ, ਕਹਿੰਦਾ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ, ਹੈ ਨਾ। ਇਸ ਕਰਕੇ ਉਹ ਪੰਜਾਬ ਔਰ ਪੰਥ ਦੇ ਰੰਗ ਵਿੱਚ ਰੰਗੀ ਹੋਈ ਇੱਕ ਰੱਬੀ ਰੂਹ ਸੀਗੀ, ਪਰ ਪੰਜਾਬ ਨੇ ਔਰ ਪੰਥ ਨੇ ਉਹਨੂੰ ਪਛਾਣਨ 'ਚ ਬਹੁਤ ਦੇਰ ਕਰਤੀ, ਜਦ ਨੂੰ ਪਛਾਣਿਆ ਜਦ ਨੂੰ ਬਹੁਤ ਦੇਰ ਹੋ ਚੁੱਕੀ ਸੀ। ਸ਼ੰਭੂ ਮੋਰਚੇ ਤੋਂ ਪਹਿਲਾਂ ਜੇ ਅਸੀਂ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਅਦਾਕਾਰ ਸੀਗੇ, ਉਹਨਾਂ ਦੀਆਂ ਫਿਲਮਾਂ ਵੀ ਆਈਆਂ, ਜੋਰਾ 10 ਨੰਬਰੀਆਂ ਵਰਗੀਆਂ। ਸ਼ੰਭੂ ਮੋਰਚੇ ਤੋਂ ਬਾਅਦ ਉਹ ਇੱਕ ਅਲੱਗ ਪਰਸਨੈਲਿਟੀ ਬਣੇ, ਅਲੱਗ ਸ਼ਖਸੀਅਤ ਬਣੇ, ਹਾਲਾਂਕਿ ਕੁਛ ਵਿਵਾਦ ਵੀ ਉਹਨਾਂ ਦੇ ਨਾਲ ਜੁੜੇ, ਪਰ ਇੱਕ ਫਿਲਮੀ ਅਦਾਕਾਰ ਤੋਂ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੂੰ ਕੌਮ ਦੇ ਨਾਲ ਬੜਾ ਪਿਆਰ ਹੋ ਗਿਆ, ਸਿੱਖੀ ਦੇ ਨਾਲ, ਪੰਜਾਬ ਦੇ ਨਾਲ ਬੜਾ ਪਿਆਰ ਹੋ ਗਿਆ,
ਇੱਕ ਫਿਲਮੀ ਅਦਾਕਾਰ ਤੋਂ ਉਹ ਰੂਹਾਨੀਅਤ ਦੇ ਵੱਲ ਕਿਵੇਂ ਆਏ? ਸਿੱਖੀ ਪ੍ਰੇਮ ਉਹਨਾਂ ਦੇ ਅੰਦਰ, ਕੌਮ ਪ੍ਰਤੀ ਪ੍ਰੇਮ ਕਿਵੇਂ ਜਾਗਿਆ? ਦੇਖੋ ਜਿਹੜੀ ਇਹ ਹੈ, ਇਹ ਤਾਂ ਦਸਮ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਹੈ। ਕੋਈ ਵੀ ਬੰਦਾ ਆਪਣੇ ਆਪ ਉਹ ਗੱਲਾਂ ਨਹੀਂ ਕਰਦਾ ਹੁੰਦਾ, ਉਹਨੂੰ ਗੁਰੂ 'ਤੇ ਭਰੋਸਾ ਸੀ ਬਹੁਤ ਜ਼ਿਆਦਾ। ਇਹਨਾਂ ਗੁਰੂ ਦੀ ਉਹ ਕੋਈ ਬਖਸ਼ਿਸ਼ ਸੀ ਕਿ ਉਹ ਆਪਦਾ ਵਧੀਆ ਜੀਵਨ ਛੱਡ ਕੇ ਇੱਕ ਸੰਘਰਸ਼ ਵਾਲੇ ਰਸਤੇ 'ਤੇ ਆ ਗਿਆ, ਹੈ ਨਾ, ਅਤੇ ਬੜੀ ਉੱਚੀ ਉਹਦੀ ਲਾਈਫ ਸੀਗੀ, ਉਹ ਛੱਡ ਕੇ ਉਹ ਆ ਕੇ ਸੜਕ 'ਤੇ ਬਹਿ ਗਿਆ। ਤੁਸੀਂ ਦੇਖੋ ਵੀ ਇਹ ਗੁਰੂ ਦੀ ਉਹ ਬਖਸ਼ਿਸ਼ ਹੋ ਸਕਦੀ ਆ, ਹੈ ਨਾ, ਜਿਹੜਾ ਬੰਦਾ ਇੰਨੀ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਸੜਕ 'ਤੇ ਬੈਠਣਾ, ਹੱਥ 'ਤੇ ਪ੍ਰਸ਼ਾਦਾ ਛਕਣਾ, ਟੈਂਟ 'ਚ ਰਹਿਣਾ, ਅਤੇ ਮਹਿਲਾਂ ਦੇ ਵਿੱਚ ਰਹਿਣ ਵਾਲਾ ਉਹ ਬੰਦਾ ਸੀਗਾ, ਵੱਡੀਆਂ ਗੱਡੀਆਂ 'ਚ ਘੁੰਮਣ ਵਾਲਾ, ਪੋਰਸ਼ 'ਚ, ਅਤੇ ਉਹ ਆ ਕੇ ਉੱਥੇ ਸਾਡੇ ਨਾਲ ਫਿਰਦਾ ਰਿਹਾ ਅਤੇ ਸਾਡੇ ਨਾਲ ਹੀ ਉਹ ਉੱਥੇ ਬਹਿੰਦਾ ਰਿਹਾ ਟੈਂਟਾਂ 'ਚ, ਹੈ ਨਾ, ਉਹਨੇ ਕਦੇ ਪਰਵਾਹ ਨਹੀਂ ਕੀਤੀ। ਇਹ ਤਾਂ ਗੁਰੂ ਸਾਹਿਬ ਨੇ ਉਹਦੀ ਕੋਈ ਡਿਊਟੀ ਲਾਈ ਸੀਗੀ, ਅਤੇ ਉਹਦੀ ਹੁਣ ਜਿਹੜੀ ਗੁਰੂ ਸਾਹਿਬ ਦਾ ਥਾਪੜਾ ਸੀ ਉਹੀ ਉਹਨੂੰ ਇਸ ਪਾਸੇ ਲੈ ਕੇ ਆਇਆ। ਗੁਰੂ ਸਾਹਿਬ ਦੇ ਥਾਪੜੇ ਤੋਂ ਬਿਨਾਂ, ਦਸਮ ਪਾਤਸ਼ਾਹ ਦੇ ਥਾਪੜੇ ਤੋਂ ਬਿਨਾਂ, ਜਿਵੇਂ ਉਹ ਬੋਲਦਾ ਸੀ, ਜਿੱਡੀ ਉਹ ਜਾਗਰਤੀ ਲਿਆ ਗਿਆ, ਉਹ ਅਸੰਭਵ ਹੈ। ਗੁਰੂ ਦਾ ਹੀ ਥਾਪੜਾ ਸੀਗਾ ਜੀ, ਉਹ ਗੁਰੂ ਨੇ ਹੀ ਭੇਜਿਆ ਸੀ ਪੰਜਾਬ ਔਰ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਵਾਸਤੇ। ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਲਾਲ ਕਿਲ੍ਹੇ ਦਾ ਜਿਹੜਾ ਘਟਨਾਕ੍ਰਮ ਹੋਇਆ ਸੀ, ਜਦੋਂ ਉੱਥੇ ਜਾ ਕੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ, ਉੱਥੇ ਦੀਪ ਸਿੱਧੂ ਬਹੁ ਗਿਣਤੀ ਲੋਕ ਸੀ ਜਿਨ੍ਹਾਂ ਦੇ ਲਈ ਹੀਰੋ ਬਣ ਗਏ, ਅਤੇ ਬਹੁਤ ਸਾਰੇ ਲੋਕ ਉਹ ਵੀ ਸੀ ਜਿਨ੍ਹਾਂ ਨੇ ਸਵਾਲ ਚੱਕੇ ਕਿ ਇਸ ਨੇ ਅੰਦੋਲਨ ਨੂੰ ਮਿਸਲੀਡ ਕਰਨ ਦੀ, ਮਿਸਗਾਈਡ ਕਰਨ ਦੀ, ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਉਸ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ? ਜਿਹੜੇ ਇਸ ਮਸਲੇ 'ਤੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਅੱਜ ਹਾਲਤ ਦੇਖੋ ਕੀ ਹੈ। ਜਿਹੜੇ ਸੰਘਰਸ਼ ਹੁੰਦੇ ਨੇ, ਸੰਘਰਸ਼ਾਂ ਦੇ ਬਹਿਣ ਬਹਿੰਦੇ ਹੁੰਦੇ ਨੇ, ਮਿੱਥ ਕੇ ਕਦੇ ਸੰਘਰਸ਼ ਨਹੀਂ ਕਰੇ ਜਾਂਦੇ। ਜਦੋਂ ਸੰਤ ਜਰਨੈਲ ਸਿੰਘ ਉਹਨਾਂ ਨੇ ਸੰਘਰਸ਼ ਲੜਿਆ, ਧਰਮ ਯੁੱਧ ਮੋਰਚਾ, ਉਸ ਵੇਲੇ ਉਹ ਸ਼ਾਂਤਪੂਰ ਸੀ ਸੰਤ, ਔਰ ਉਹ ਸਾਡੇ ਸਿੰਘ ਉਸ ਬਹਿਣ 'ਚ ਗੁਰੂ ਦੇ 'ਚ ਵਹੀ ਗਏ ਅਤੇ ਉਹ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰਨ ਕਰ ਗਿਆ। ਇਸੇ ਤਰ੍ਹਾਂ ਜਿਹੜੀ ਲਾਲ ਕਿਲ੍ਹੇ ਵਾਲੀ ਘਟਨਾ, ਇਹ ਵੀ ਇੱਕ ਗੁਰੂ ਦਾ ਬਹਿਣ ਸੀ, ਦੀਪ ਉਸ ਬਹਿਣ ਦੇ ਮੁਤਾਬਕ ਵਹੀ ਗਿਆ ਅਤੇ ਉਹਨੇ ਇਤਿਹਾਸ ਲਿਖਤਾ। ਜਦੋਂ ਮੈਨੂੰ ਉਹਨੇ ਇੱਕ ਗੱਲ ਦੱਸੀ, ਮੈਂ ਅੱਜ ਤੁਹਾਡੇ ਚੈਨਲ 'ਤੇ ਉਹ ਦੱਸ ਰਿਹਾ, ਕਹਿੰਦਾ ਬਾਬਾ ਜੀ, ਜਦੋਂ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਕੇ ਇੰਡੀਅਨ ਸਟੇਟ ਨੇ ਉੱਥੇ ਤਿਰੰਗਾ ਚਲਾਇਆ ਸੀਗਾ, ਕਹਿੰਦਾ ਮੈਂ ਉਹ ਦੇਖਿਆ, ਵੀਡੀਓ ਦੇਖੀ ਆ, ਕਹਿੰਦਾ ਮੈਂ, ਅਤੇ ਕਹਿੰਦਾ ਉਸ ਵੇਲੇ ਹੀ ਮੇਰੇ ਮਨ 'ਚ ਸੀਗੀ ਗੱਲ ਵੀ ਯਾਰ ਪੰਥ ਕਦੇ ਗੁਰੂ ਸਾਹਿਬ ਕਦੇ ਕਿਰਪਾ ਕਰਨ, ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾ ਕੇ ਇਹਨਾਂ ਨੂੰ ਦੱਸੀਏ ਵੀ ਦਸਮ ਪਾਤਸ਼ਾਹ ਦਾ ਪੰਥ ਕੁਛ ਵੀ ਕਰ ਸਕਦਾ। ਹਾਲਾਂਕਿ ਜਿਹੜੀ ਅਸਲ ਗੱਲ ਹੈ, ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾਉਣ ਦੀ ਕੋਈ ਯੋਜਨਾ ਨਹੀਂ ਸੀ, ਕੋਈ ਗੱਲਬਾਤ ਨਹੀਂ ਸੀ। ਉਹ ਜਿਹੜਾ ਬਹਿਣ ਸੀ ਸੰਘਰਸ਼ ਦਾ, ਉਹਦੇ ਮੁਤਾਬਕ ਪੰਥ ਵਹੀ ਗਿਆ ਅਤੇ ਉਹ ਜਾ ਕੇ ਇਤਿਹਾਸ ਲਿਖ ਦਿੱਤਾ ਕਿ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਚਲਾਤਾ, ਜਦੋਂ ਸਾਡੇ ਤਖ਼ਤ ਸਾਹਿਬ ਨੂੰ ਢਾ ਕੇ ਉੱਥੇ ਤਿਰੰਗਾ ਲਾਇਆ ਸੀ। ਦੀਪ ਕਹਿੰਦਾ ਉਹਦਾ ਬਦਲਾ ਤਾਂ ਫਿਰ ਲੈਣਾ ਹੀ ਸੀ, ਕਹਿੰਦਾ ਲੈ ਲਿਆ। ਵਾਰਿਸ ਪੰਜਾਬ ਦੀ ਜਥੇਬੰਦੀ ਦਾ ਉਹ ਗਠਨ ਕਰਦੇ ਨੇ, ਅਸੀਂ ਉਹਨਾਂ ਦੀ ਮੌਤ ਤੋਂ ਕੁਛ ਸਮਾਂ ਪਹਿਲਾਂ ਦੀਆਂ ਉਹਨਾਂ ਦੀਆਂ ਸਪੀਚਸ ਵੀ ਸੁਣੀਆਂ, ਬਹੁਤ ਸਪਿਰਿਟ ਵਾਲੀਆਂ, ਬੀਰਸ ਵਾਲੀਆਂ, ਗੁਰੂਆਂ ਦੀਆਂ, ਸ਼ਹੀਦਾਂ ਦੀਆਂ ਗੱਲਾਂ ਆਪਣੀ ਉਹ ਸਪੀਚ ਦੇ ਵਿੱਚ ਕਰਦੇ ਹੁੰਦੇ ਸੀ।
ਵਾਰਿਸ ਪੰਜਾਬ ਦਾ ਦੀ ਜਥੇਬੰਦੀ ਦਾ ਮਕਸਦ ਕੀ ਸੀ ਗਠਨ ਕਰਨ ਦਾ? ਕਦੋਂ ਗਠਨ ਹੋਇਆ, ਕੀ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਇਸ ਜਥੇਬੰਦੀ? ਦੇਖੋ, ਵਾਰਿਸ ਪੰਜਾਬ ਦੀ ਜਥੇਬੰਦੀ ਚੋਣਾਂ ਲੜਨ ਲਈ ਨਹੀਂ ਸੀ ਬਣਾਈ। ਜਿਹੜਾ ਉਹਦਾ ਮੇਨ ਗੱਲ ਸੀਗੀ, ਉਹ ਦੀਪ ਦੀ ਜਿਹੜੀ ਆਪ ਦੇ ਮਨ 'ਚ ਗੱਲ ਸੀ, ਉਹਨੇ ਆਪ ਹੀ ਕਿਹਾ ਵੀ ਮੈਂ ਕਦੇ ਚੋਣ ਨਹੀਂ ਲੜੂੰਗਾ, ਪਰ ਜਿਹੜੇ ਚੰਗੇ ਬੰਦੇ ਚੋਣ ਲੜਨਗੇ ਉਹਨਾਂ ਦੀ ਡਟ ਕੇ ਸਪੋਰਟ ਕਰਾਂਗੇ। ਹੈ ਨਾ, ਇੱਕ ਅਜਿਹੀ ਪੰਜਾਬ ਪੱਖੀ ਪੰਥ ਪ੍ਰਸਤ ਉਹ ਧਿਰ ਸਿਰਜਣਾ ਚਾਹੁੰਦਾ ਸੀ ਵੀ ਜਦੋਂ ਵੀ ਕੋਈ ਪੰਜਾਬ ਦੇ ਖਿਲਾਫ, ਪੰਥ ਦੇ ਖਿਲਾਫ ਕੋਈ ਗੱਲ ਉੱਠੇ, ਉਹ ਇੱਕ ਅਜਿਹੀ ਮਜ਼ਬੂਤ ਧਿਰ ਹੋਵੇ ਜਿਹੜੀ ਉੱਠ ਕੇ ਖੜੀ ਹੋ ਜਾਵੇ ਵੀ ਇਹ ਸਾਨੂੰ ਮਨਜ਼ੂਰ ਨਹੀਂ। ਉਹ ਬੰਦੇ ਚੋਣਾਂ ਨਾ ਲੜਨ, ਉਹ ਬੰਦੇ ਐਮ ਐਲ ਏ ਐਮ ਪੀ ਨਾ ਬਣਨ, ਜਿਹੜੇ ਬਣਨਾ ਚਾਹੁੰਦੇ ਨੇ ਉਹਨਾਂ 'ਤੇ ਰੋਕ ਵੀ ਕੋਈ ਨਹੀਂ ਹੋਊਗੀ। ਉਹ ਕਹਿੰਦਾ ਸੀ ਕਿ ਵਧੀਆ ਬੰਦੇ ਸਿਆਸਤ ਦੇ ਵਿੱਚ ਅੱਗੇ ਆਉਣੇ ਚਾਹੀਦੇ ਨੇ, ਪੰਜਾਬ ਔਰ ਪੰਥ ਦੇ ਭਲੇ ਲਈ, ਪੰਜਾਬ ਔਰ ਪੰਥ ਦੀ ਚੜ੍ਹਦੀ ਕਲਾ ਲਈ। ਵਾਰਿਸ ਪੰਜਾਬ ਦੀ ਜਥੇਬੰਦੀ ਦਾ ਨਾਂ ਅਸੀਂ ਸਿਲੈਕਟ ਕਰਿਆ ਸੀ ਸਲਾਹ ਕਰਕੇ। ਕਾਫੀ ਬੰਦਿਆਂ ਨੇ ਇੱਕ ਵਾਰ ਰਾਇ ਵੀ ਦਿੱਤੀ ਸੀਗੀ ਕਿ ਨਾਂ ਬਦਲ ਦਿਓ, ਪਰ ਮੇਰੇ ਦੀਪ ਨਾਲ ਬਹੁਤ ਪਿਆਰ ਸੀਗਾ ਅਤੇ ਉਹ ਹਰੇਕ ਗੱਲ ਦੀ ਸਲਾਹ ਵੀ ਕਰ ਲੈਂਦਾ ਸੀ। ਮੈਂ ਉਹਨੂੰ ਕਿਹਾ ਵੀ ਨਾਂ ਇਹੀ ਰੱਖਣਾ, ਨਾਂ ਨਹੀਂ ਬਦਲਣਾ। ਉਹ ਕਹਿੰਦਾ ਠੀਕ ਆ। ਅਤੇ ਤਾਂ ਹੀ ਵਾਰਿਸ ਪੰਜਾਬ ਦੇ, ਹੈ ਨਾ, ਜਿਹੜੇ ਸਾਡੇ, ਜਿਹੜਾ ਸਾਡਾ ਪੁਰਾਣਾ ਪੰਜਾਬ ਸੀਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ, ਉਹਦੇ ਵਾਰਿਸ ਬਣਨਾ ਸੀ ਸਾਰਿਆਂ ਨੇ। ਅਤੇ ਹੁਣ ਵੀ ਜਿਹੜੀ ਕੋਸ਼ਿਸ਼ ਹੈ ਉਹ ਉਹੀ ਹੈ ਕਿ ਅਸੀਂ ਉਹਨਾਂ ਦੇ ਵਾਰਿਸ ਬਣਾਂਗੇ, ਜਿੰਨੇ ਜੋਗੇ ਹੈਗੇ ਆ, ਜਿੰਨੀ ਗੁਰੂ ਨੇ ਸਮੱਤ ਬਖਸ਼ੀ ਉਹ ਗੱਲਬਾਤ ਵੀ ਕਰਾਂਗੇ, ਅਤੇ ਜਿੰਨਾ ਜਦੋਂ ਪੰਜਾਬ ਔਰ ਪੰਥ 'ਤੇ ਕੋਈ ਭੀੜ ਪਈ ਡਟ ਕੇ ਖੜਾਂਗੇ, ਵੀ ਛਾਤੀਆਂ ਡਾਹ ਕੇ ਖੜਾਂਗੇ ਔਰ ਖੁਦ ਖੜਾਂਗੇ। ਇਸ ਕਰਕੇ ਇਹ ਗੱਲਾਂ ਉਹ ਕਰਦਾ ਹੁੰਦਾ ਸੀ, ਪੰਜਾਬ ਔਰ ਪੰਥ ਦੇ ਭਲੇ ਦੀਆਂ, ਚੜ੍ਹਦੀ ਕਲਾ ਦੀਆਂ। ਅਤੇ ਇਹ ਗੱਲ ਜ਼ਰੂਰ ਆ ਕਿ ਉਹਦੇ ਮਨ 'ਚ ਇਹ ਵੀ ਸੀ ਵੀ ਕਿ ਇੱਕ ਅਜਿਹੀ ਧਿਰ ਸਿਰਜ ਕੇ ਉਹਦੇ ਵਿੱਚੋਂ ਵਧੀਆ ਪੜ੍ਹੇ ਲਿਖੇ ਨੌਜਵਾਨ ਰਾਜਨੀਤੀ ਵਿੱਚ ਲਿਆਏ ਜਾਣ। ਪੰਜਾਬ ਨੂੰ ਲੈ ਕੇ ਉਹਨਾਂ ਦੀ ਲੈਗੇਸੀ ਕੀ ਸੀਗੀ, ਕਿਵੇਂ ਦੀਆਂ ਗੱਲਾਂ ਤੁਹਾਡੇ ਨਾਲ ਉਹ ਕਰਦੇ ਹੁੰਦੇ ਸੀ ਪੰਜਾਬ ਨੂੰ ਲੈ ਕੇ, ਕੀ ਕਰਨਾ ਚਾਹੁੰਦੇ ਸੀ ਜੇ ਅੱਜ ਉਹ ਇਸ ਦੁਨੀਆਂ ਦੇ ਵਿੱਚ ਹੁੰਦੇ ਤਾਂ ਪੰਜਾਬ ਲਈ ਉਹ ਕੀ ਕਰਦੇ? ਦੇਖੋ, ਇੱਕ ਤਾਂ ਜਿਹੜਾ ਪਾਣੀਆਂ ਦੇ ਮਸਲੇ ਪ੍ਰਤੀ ਉਹ ਬਹੁਤ ਗੰਭੀਰ ਸੀਗਾ ਕਿ ਪੰਜਾਬ ਦਾ ਪਾਣੀ ਲੁੱਟ ਕੇ ਲੈ ਕੇ ਜਾ ਰਹੇ ਨੇ, ਸਾਨੂੰ ਕੋਲਾ, ਸਾਨੂੰ ਪੱਥਰ ਜਿਹੜਾ ਮਿਲਦਾ ਉਹ ਮੁੱਲ ਮਿਲਦਾ ਅਤੇ ਸਾਡਾ ਪਾਣੀ ਕੁਦਰਤੀ ਸੋਰਸ ਹੈ ਉਹਨੂੰ ਲੁੱਟ ਕੇ ਲੈ ਕੇ ਜਾ ਰਹੇ ਨੇ। ਇਹਦੇ ਪ੍ਰਤੀ ਵੀ ਉਹ ਬਹੁਤ ਗੰਭੀਰ ਸੀ। ਇੱਕੋ ਚਾਹੁੰਦਾ ਸੀ ਕਿ ਪੰਜਾਬ ਤਾਕਤਵਰ ਪੰਜਾਬ ਹੋਣਾ ਚਾਹੀਦਾ। ਉਹ ਆਪ ਬਹੁਤ ਮਿਹਨਤ ਕਰਦਾ ਸੀ, ਸਰੀਰਕ ਪੱਖੋਂ ਬਹੁਤ ਫਿੱਟ ਸੀ। ਉਹ ਚਾਹੁੰਦਾ ਸੀ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ, ਉਹ ਕਹਿੰਦਾ ਵੀ ਜਦ ਪੰਜਾਬ ਨੂੰ ਉੜਦਾ ਪੰਜਾਬ ਕਿਹਾ, ਮੇਰੇ ਛਾਤੀ 'ਤੇ ਸੱਪ ਲਿਟ ਗਿਆ ਸੀ ਵੀ ਸਾਡੇ ਹਰੀ ਸਿੰਘ ਨੜੂਏ ਵਰਗੇ ਜਰਨੈਲ ਹੋਏ ਹੁਣ, ਜਿਨ੍ਹਾਂ ਨੇ ਸ਼ੇਰ ਢਾ ਲਏ ਹੁਣ, ਉਹਨਾਂ ਦੇ ਜਵਾੜੇ ਪਾੜਤੇ ਹੁਣ, ਸਾਨੂੰ ਉੜਦਾ ਪੰਜਾਬ ਕਹਿੰਦੇ ਨੇ। ਉਹ ਕਹਿੰਦਾ ਵੀ ਜਦੋਂ ਇਹ ਗੱਲ ਇੱਕ ਵਾਰ ਰਾਹੁਲ ਗਾਂਧੀ ਨੇ ਕਹੀ ਕਿ 90% ਪੰਜਾਬ ਤਾਂ ਨਸ਼ੀੜੀ ਹੋ ਗਿਆ, ਕਹਿੰਦਾ ਜਦ ਮੈਨੂੰ ਬੜਾ ਦੁੱਖ ਲੱਗਿਆ। ਉਹਦੇ ਮਨ 'ਚ ਇਹ ਸੀ ਕਿ ਇੱਕ ਤਾਕਤਵਰ ਪੰਜਾਬ ਹੋਣਾ ਚਾਹੀਦਾ, ਸਰੀਰਕ ਪੱਖੋਂ ਵੀ, ਆਰਥਿਕ ਪੱਖੋਂ ਵੀ ਅਤੇ ਪੜ੍ਹਾਈ ਪੱਖੋਂ ਵੀ, ਐਜੂਕੇਸ਼ਨ ਪੱਖੋਂ। ਪੜ੍ਹਾਈ ਨੂੰ ਉਹ ਬਹੁਤ ਪਿਆਰ ਕਰਦਾ ਸੀ ਕਿ ਪੜ੍ਹਾਈ, ਹਰੇਕ ਬੱਚੇ ਨੂੰ ਐਜੂਕੇਸ਼ਨ ਲੈਣੀ ਚਾਹੀਦੀ ਆ। ਉਹ ਇੱਕ ਮਜ਼ਬੂਤ ਪੰਜਾਬ ਅਤੇ ਮਜ਼ਬੂਤ ਪੰਥ ਦਾ ਸੰਪਾਤਸ਼ਾਹ ਦਾ ਦੇਖਣਾ ਚਾਹੁੰਦਾ ਸੀਗਾ। ਅਤੇ ਗੁਰੂ ਮਹਾਰਾਜ ਨੇ ਉਹਨੂੰ ਬਹੁਤ ਘੱਟ ਟਾਈਮ ਦਿੱਤਾ, ਪਰ ਉਹ ਆਪ ਦਾ ਕੰਮ ਕਰ ਗਿਆ। ਇਹ ਜਿੰਨੀ ਨੌਜਵਾਨਾਂ ਦੇ ਵਿੱਚ ਜਾਗਰਤੀ ਹੈ, ਜਿੰਨੇ ਨੌਜਵਾਨ ਗੁਰੂ ਵਾਲੇ ਬਣ ਰਹੇ ਨੇ, ਜਿੰਨੇ ਨੌਜਵਾਨ ਅੰਮ੍ਰਿਤ ਛਕ ਰਹੇ ਨੇ, ਦਮਾਲੇ ਬਣ ਰਹੇ ਨੇ,
ਇਹ ਸਾਰਾ ਕੁਛ ਅੱਜ ਦੀਪ ਦੀ ਦੇਣ ਹੈ, ਕਹੀ ਕੋਈ ਕੁਛ ਜਾਵੇ। ਸੰਤ ਜਰਨੈਲ ਸਿੰਘ ਉਹਨਾਂ ਦੀ ਕੋਈ ਗੱਲ ਨਹੀਂ ਸੀ ਕਰਦਾ, ਸਾਡੇ ਹਥਿਆਰਬੰਦ ਸੰਘਰਸ਼ ਦੀ ਕੋਈ ਗੱਲ ਨਹੀਂ ਸੀ ਕਰਦਾ, ਸਾਡੇ ਖਾੜਕੂ ਸਿੰਘਾਂ ਦੀ ਕੋਈ ਗੱਲ ਨਹੀਂ ਸੀ ਕਰਦਾ, ਖਾਲਸਾ ਰਾਜ ਦੀ ਗੱਲ ਕਰਨ ਤੋਂ ਵੀ ਜਕਦੇ ਸੀ ਜ਼ਿਆਦਾ ਬੰਦੇ। ਇਹ ਗੱਲ ਠੀਕ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਹਨਾ ਇਹ ਗੱਲ ਨੂੰ ਖੜੀ ਰੱਖਿਆ ਹਮੇਸ਼ਾ ਮੈਦਾਨ 'ਚ, ਮੈਦਾਨ ਕਦੇ ਖਾਲਸੇ ਨੇ ਖਾਲੀ ਥੋੜ੍ਹਾ ਛੱਡਿਆ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਜ਼ਬਰ ਔਰ ਜ਼ੁਲਮ ਹੋਇਆ, ਦਸਮ ਪਾਤਸ਼ਾਹ ਦਾ ਪੰਥ ਹਿੱਕਾਂ ਡਾਹ ਕੇ ਖੜਿਆ, ਚਾਹੇ ਕਿਸੇ ਵੀ ਕਿਸਮ ਦਾ ਸੰਘਰਸ਼ ਹੋਵੇ, ਕਿੱਡਾ ਵੱਡਾ ਆਪਾਂ ਹਥਿਆਰਬੰਦ ਸੰਘਰਸ਼ ਲੜਿਆ। ਇਸ ਕਰਕੇ ਦੀਪ ਇੱਕ ਮਜ਼ਬੂਤ ਪੰਥ, ਮਜ਼ਬੂਤ ਪੰਜਾਬ ਦੇਖਣਾ ਚਾਹੁੰਦਾ ਸੀ, ਅਤੇ ਤੁਸੀਂ ਦੇਖਦੇ ਜੇਕਰ ਉਹ ਹੁੰਦਾ ਅੱਜ ਹਾਲਾਤ ਕੁਛ ਹੋਰ ਹੋਣੇ ਸੀ। ਐਡਾ ਵੱਡਾ ਉਹਦੇ ਅੰਦਰ ਜਜ਼ਬਾ ਸੀ, ਉਹ ਬਿਲਕੁਲ ਪੰਜਾਬ ਨੂੰ ਔਰ ਪੰਥ ਨੂੰ ਸਮਰਪਿਤ ਸੀ, ਉਹ ਇਸ ਰੰਗ ਦੇ ਵਿੱਚ ਰੰਗਿਆ ਗਿਆ ਸੀ। ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਅੱਜ ਕੱਲ੍ਹ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਨੇ, ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ, ਉਹ ਵਾਰਸ ਪੰਜਾਬ ਜਥੇਬੰਦੀ ਨਾਲ ਕਿਵੇਂ ਜੁੜੇ? ਉਹ ਦੀਪ ਨਾਲੇ ਉਹਨਾਂ ਦਾ ਕੋਈ ਸੰਬੰਧ ਸੀਗਾ ਜੀ, ਟੈਲੀਫੋਨ 'ਤੇ ਹੀ ਉਹਨਾਂ ਦੀ ਕੋਈ ਗੱਲਬਾਤ ਹੁੰਦੀ ਸੀ, ਮੈਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਹੈਗਾ। ਪਰ ਇਹ ਜ਼ਰੂਰ ਹੈ ਵੀ ਦੀਪ ਅੰਮ੍ਰਿਤਪਾਲ ਨਾਲ ਟੈਲੀਫੋਨ 'ਤੇ ਗੱਲਬਾਤ ਕਰ ਲੈਂਦਾ ਹੁੰਦਾ ਸੀਗਾ। ਜਿਹੜੀ 16 ਮੈਂਬਰੀ ਦੀਪ ਨੇ ਜਥੇਬੰਦੀ ਦੀ ਕਮੇਟੀ ਬਣਾਈ ਸੀ, ਉਹਦੇ 'ਚ ਅੰਮ੍ਰਿਤਪਾਲ ਦਾ ਨਾਂ ਨਹੀਂ ਸੀਗਾ, ਅਤੇ ਉਹ 16 ਮੈਂਬਰ ਪੰਜਾਬ ਤੋਂ ਸੀ, ਉਹਨਾਂ 'ਚ ਕੋਈ ਵੀ ਬਾਹਰਲਾ ਬੰਦਾ ਨਹੀਂ ਸੀਗਾ। ਉਸ ਵੇਲੇ ਅੰਮ੍ਰਿਤਪਾਲ ਬਾਹਰ ਸੀਗਾ, ਕੀ ਗੱਲਬਾਤ ਹੁੰਦੀ ਸੀ ਮੈਂ ਹੁਣ ਐਵੇਂ ਹੀ ਕਹਿ ਦੇਵਾਂ, ਮੈਨੂੰ ਇਹ ਨਹੀਂ ਪਤਾ। ਪਰ ਮੈਨੂੰ ਇਹ ਜ਼ਰੂਰ ਪਤਾ ਕਿ ਦੀਪ ਅੰਮ੍ਰਿਤਪਾਲ ਨਾਲ ਗੱਲਬਾਤ ਕਰਦਾ ਰਹਿੰਦਾ ਸੀ। ਮੈਂ ਕਦੇ ਜ਼ਿੰਦਗੀ 'ਚ ਝੂਠ ਨਹੀਂ ਬੋਲਿਆ, ਮੈਂ ਕਦੇ ਲਾ ਕੇ ਗੱਲ ਨਹੀਂ ਕਰੀ। ਗੁਰੂ ਸਾਹਿਬ ਨੇ ਇੰਨਾ ਕੁ ਆਪਾਂ ਨੂੰ ਬਲ ਬਖਸ਼ਿਆ ਕਿ ਸੱਚ ਬੋਲਣ ਤੋਂ ਆਪਾਂ ਨੂੰ ਕੋਈ ਰੋਕ ਵੀ ਨਹੀਂ ਸਕਦਾ। ਦੀਪ ਨੇ ਇੱਕ 16 ਮੈਂਬਰੀ ਜਿਹੜੀ ਸੀਗੀ ਕਮੇਟੀ ਬਣਾਈ ਸੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ, ਮੈਂ ਉਸੇ ਧਰਤੀ 'ਤੇ ਖੜ ਕੇ ਇਹ ਗੱਲ ਕਹਿ ਸਕਦਾ ਕਿ ਉਹ 16 ਮੈਂਬਰੀ ਪੰਜਾਬ 'ਚ ਸੀਗੇ, ਨੌਜਵਾਨ ਨਵੇਂ ਮੁੰਡੇ ਸੀਗੇ, ਜਿਹੜੇ ਕਿਸਾਨੀ ਸੰਘਰਸ਼ 'ਚ ਅੱਗੇ ਕੁਛ ਉਹ ਸੀਗੇ, ਕੁਛ ਅਸੀਂ ਜਿਹੜੇ ਪੁਰਾਣੇ ਬੰਦੇ ਸੀਗੇ ਉਹ ਸੀਗੇ, ਅਤੇ ਉਹ 16 ਮੈਂਬਰੀ ਦੇ ਵਿੱਚ ਅੰਮ੍ਰਿਤਪਾਲ ਦਾ ਨਾਂ ਹੈ ਨਹੀਂ ਸੀ। ਅੰਮ੍ਰਿਤਪਾਲ ਉਸ ਵੇਲੇ ਦੁਬਈ 'ਚ ਰਹਿੰਦੇ ਸੀ। ਹਾਂ, ਉਹ ਬਾਹਰ ਸੀਗੇ, ਉਹ 16 ਮੈਂਬਰੀ 'ਚ ਬਾਹਰਲਾ ਕੋਈ ਵੀ ਬੰਦਾ ਨਹੀਂ ਸੀ। ਜਿਸ ਦਿਨ ਦੀਪ ਸਿੱਧੂ ਦੀ ਮੌਤ ਹੁੰਦੀ ਆ, ਤੁਹਾਡੀ ਆਖਰੀ ਮੁਲਾਕਾਤ ਤੁਹਾਨੂੰ ਕਿਵੇਂ ਕਦੋਂ ਪਤਾ ਲੱਗਦਾ ਕਿ ਉਹਨਾਂ ਨਾਲ ਇਹ ਭਾਣਾ ਵਰਤ ਗਿਆ, ਅਤੇ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ? ਮੈਂ ਪ੍ਰਸ਼ਾਦਾ ਛਕਣ ਲੱਗਿਆ ਸੀਗਾ ਜੀ, ਪ੍ਰਸ਼ਾਦਾ ਛਕਣ ਲੱਗਿਆ, ਫੋਨ ਵੱਜੀ ਜਾਂਦਾ ਸੀ ਰੋਜ਼ ਇੱਕਣੇ ਵੱਜਦਾ ਸੀ, ਉਹ ਮੈਂ ਉਹਨੂੰ ਸੀਰੀਅਸ ਨਾ ਲਿਆ। ਫਿਰ ਮੈਂ ਅਜਿਹੇ ਬੰਦਿਆਂ ਦੇ ਬਾਹਰੋਂ ਫੋਨ ਆਏ ਜਿਹੜੇ ਦੀਪ ਬਾਰੇ ਪੁੱਛਦੇ ਹੁੰਦੇ ਸੀ, ਗੱਲਬਾਤ ਕਰਦੇ ਹੁੰਦੇ ਸੀ, ਅਤੇ ਕੁਰੇ ਗੁਰੂ ਕੇ ਸਿੱਖਾਂ ਦੇ ਜਿਹੜੇ ਪੰਜਾਬ 'ਚ ਆਪਣੇ ਨਾਲ ਸੰਬੰਧਿਤ, ਜਦ ਉਹਨਾਂ 'ਚੋਂ ਜਿਹੜੇ 2-4 ਬੰਦੇ ਉਹਨਾਂ ਦੇ ਫੋਨ ਆਏ, ਫਿਰ ਮੈਂ ਫੋਨ ਚੱਕਿਆ, ਫਿਰ ਪਤਾ ਲੱਗਿਆ ਕਿ ਦੀਪ ਦੀ ਡੈਥ ਹੋ ਗਈ। ਅਤੇ ਉਸ ਵੇਲੇ ਦੀਪ ਨੇ ਦਿੱਲੀ ਤੋਂ ਚੱਲ ਕੇ ਸਾਡੇ ਘਰ ਆਉਣਾ ਸੀਗਾ, ਉਹਨੇ ਮੈਨੂੰ ਕਿਹਾ ਕਿ ਸਾਗ ਬਣਵਾ ਕੇ ਰੱਖਿਓ, ਮੱਕੀ ਦੀਆਂ ਰੋਟੀਆਂ, ਤੇ ਮੇਰੀ ਮਾਤਾ ਦੇ ਹੱਥ ਦਾ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਖਾ ਕੇ ਉਹ ਬਹੁਤ ਖੁਸ਼ ਹੁੰਦਾ ਸੀਗਾ। ਸਿੱਧਾ ਉਹ ਤੁਹਾਡੇ ਘਰ ਵੱਲ ਆ ਰਹੇ ਸੀ? ਸਾਡੇ ਘਰ ਵੱਲ ਆ ਰਹੇ ਸੀ, ਉਸ ਤੋਂ ਉਹਨੇ ਸਿੱਧਾ ਉੱਥੇ ਆਉਣਾ ਸੀ। ਤੇ ਦੂਏ ਦਿਨ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਚੋਣ ਕੰਬੇਨ 'ਤੇ ਜਾਣਾ ਸੀਗਾ, ਅਤੇ ਉਹਨੇ 12 ਪ੍ਰੋਗਰਾਮ ਰੱਖੇ ਸੀਗੇ। ਮੈਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਮਰਗੜ੍ਹ ਚੋਣ ਕੰਬੇਨ 'ਤੇ ਗਿਆ ਨਹੀਂ ਸੀ, ਉਹ ਮੈਨੂੰ ਕਹਿੰਦਾ ਬਾਬਾ ਜੀ ਮੈਂ 12 ਪ੍ਰੋਗਰਾਮ ਰੱਖੇ ਨੇ, ਆਪਾਂ 12 'ਤੇ ਹੀ ਇਕੱਠਿਆਂ ਨੇ ਜਾਣਾ। ਮੈਂ ਉਹਨੂੰ ਹਾਂ ਕਰਤੀ, 15 ਤਰੀਕ ਦਾ ਉਸ ਦਿਨ ਮੇਰਾ ਜਨਮ ਦਿਨ ਵੀ ਸੀਗਾ ਜੀ, ਅਤੇ ਉਹ ਕਹਿੰਦਾ ਮੈਂ ਇੱਥੇ ਹੀ ਆ ਕੇ ਤੁਹਾਨੂੰ ਵਧਾਈ ਵੀ ਦੇਣੀ ਆ। ਅਤੇ 14 ਤਰੀਕ ਨੂੰ ਸਾਰੀ ਸ਼ਾਮ ਨੂੰ ਮੇਰੇ ਨਾਲ ਉਹਨੇ ਗੱਲਬਾਤ ਕੀਤੀ, 14 ਫਰਵਰੀ ਨੂੰ ਆਖਰੀ। ਕਢਵਾ ਸਕਦੇ ਹੋ ਕਹੀ ਹੁਣ ਕੋਈ ਕੁਛ ਜਾਵੇ ਜੀ, ਅਤੇ
ਮੇਰੇ ਨਾਲ ਉਹਨੇ ਜਿੰਨੀ ਲੰਬੀ ਟੈਲੀਫੋਨ 'ਤੇ ਗੱਲਬਾਤ ਕੀਤੀ ਆ, ਔਨ ਰਿਕਾਰਡ ਆ ਸਾਰਾ ਕੁਛ, ਕਿ ਡੇਢ ਡੇਢ ਦੋ ਦੋ ਘੰਟੇ, ਪੌਣੇ ਦੋ ਦੋ ਘੰਟੇ, ਯਾਨੀ ਘੱਟੋ ਘੱਟ ਕਾਲ ਉਹਦੀ 15-20 ਮਿੰਟ ਦੀ ਹੁੰਦੀ ਸੀ, ਅਤੇ 14 ਤਰੀਕ ਨੂੰ ਵੀ ਉਹਨੇ ਮੇਰੇ ਨਾਲ 5-7 ਮਿੰਟ ਗੱਲਬਾਤ ਕੀਤੀ ਕਿ ਅਸੀਂ ਕੱਲ੍ਹ ਨੂੰ ਆਵਾਂਗੇ, 16 ਤੋਂ ਫਿਰ ਆਪਾਂ ਮਾਨ ਸਾਹਿਬ ਦੀ ਚੋਣ ਕੰਬੇਨ 'ਤੇ ਜਾਣਾ ਅਤੇ ਬਾਬਾ ਜੀ ਤੁਸੀਂ ਮੇਰੇ ਨਾਲ ਜਾਇਓ। ਬਸ ਇਹ 14 ਤਰੀਕ ਨੂੰ ਇੰਨੀ ਕੁ ਗੱਲਬਾਤ ਹੋਈ ਸੀਗੀ ਅਤੇ ਮਿਲਿਆ ਥੋੜ੍ਹੇ ਦਿਨ ਪਹਿਲਾਂ ਸੀਗਾ, ਫਤਿਹਗੜ੍ਹ ਸਾਹਿਬ ਸਾਡੇ ਚੋਣ ਕੰਬੇਨ 'ਤੇ ਉਹ ਆਇਆ ਸੀਗਾ, ਉੱਦਣ ਮੈਨੂੰ ਇਕੱਲਾ ਮਿਲਿਆ ਸੀ। ਉਹਨਾਂ ਦੀ ਮੌਤ ਤੁਹਾਨੂੰ ਕੁਦਰਤੀ ਲੱਗਦੀ ਹੈ ਜਾਂ ਇਹਦੇ ਪਿੱਛੇ ਕੋਈ ਸਾਜਿਸ਼ ਲੱਗਦੀ ਹੈ? ਦੇਖੋ ਮੈਂ ਤਾਂ ਬਿਲਕੁਲ ਸੱਚ ਬੋਲਣ ਵਾਲਾ ਬੰਦਾ ਜੀ। ਪਹਿਲਾਂ ਜੋ ਪਰਿਵਾਰ ਨੇ ਦੀਪ ਦੇ ਨੇ ਸਾਨੂੰ ਦੱਸਿਆ, ਹੁਣ ਦੇਖੋ ਪਰਿਵਾਰ ਨੇ ਉਸ ਵੇਲੇ ਸਾਨੂੰ ਇਹ ਗੱਲ ਕਹੀ ਕਿ ਦੀਪ ਦਾ ਐਕਸੀਡੈਂਟ ਹੈ, ਆਪਾਂ ਹੋਰ ਕੋਈ ਗੱਲ ਨਹੀਂ ਕਰਨੀ। ਉਸ ਵੇਲੇ ਅਸੀਂ ਸਾਰਿਆਂ ਨੇ ਸਾਨੂੰ ਲੱਗਿਆ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੋਵੇ। ਦੇਖੋ ਇਹ 'ਚ ਵੀ ਕੋਈ ਦੋ ਰਹਿ ਨਹੀਂ ਕਿ ਉਹ ਗੱਡੀ ਬਹੁਤ ਤੇਜ਼ ਚਲਾਉਂਦਾ ਸੀ। 10-20 ਵਾਰ ਮੈਂ ਉਹਨੂੰ ਇਸ ਗੱਲ ਤੋਂ ਰੋਕਿਆ ਵੀ, ਟੋਕਿਆ ਵੀ। ਮੈਂ ਅੱਜ ਤੁਹਾਡੇ ਚੈਨਲ ਜ਼ਰੀਏ ਦੱਸ ਦੇਣਾ ਕਿ ਮੈਂ ਉਹਨੂੰ ਕਈ ਵਾਰ ਇਹ ਵੀ ਕਿਹਾ ਵੀ ਯਾਰ ਮੈਨੂੰ ਇੱਥੇ ਹੀ ਲਾ ਦੇ, ਇੰਨੀ ਗੱਡੀ ਤੇਜ਼ ਚਲਾਉਂਦਾ ਸੀ, ਡਰਦੇ ਸੀ ਉਹਨਾਂ ਨਾਲ ਬੈਠਣ, ਮੈਨੂੰ ਡਰ ਲੱਗਦਾ ਹੁੰਦਾ ਸੀ ਜਦ ਉਹਦੇ ਨਾਲ ਬਹਿ ਜਾਂਦਾ ਸੀ ਮੈਂ, ਅਤੇ ਇੰਨੀ ਤੇਜ਼ ਭਜਾਉਂਦਾ ਸੀ, ਸੋਚ ਵੀ ਨਹੀਂ ਆਪਾਂ ਸਕਦੇ, ਹੈ ਨਾ। ਹੁਣ ਅਸੀਂ ਤਾਂ ਹੌਲੀ ਚਲਾਉਣ ਵਾਲੇ ਹਾਂ, ਹੈ ਨਾ। ਉਹ ਮੈਨੂੰ ਕਹਿੰਦਾ ਸੀ ਬਾਬਾ ਜੀ ਤੁਸੀਂ ਸੀਟ ਲੰਬੀ ਕਰਕੇ ਪੈ ਜਾਓ, ਜਦ ਜਿੱਥੇ ਜਾਣਾ ਮੈਂ ਫਿਰ ਤੁਹਾਨੂੰ ਕਹੂੰਗਾ ਵੀ ਉੱਠ ਖੜੋ। ਅਤੇ ਉਸ ਵੇਲੇ ਸਾਨੂੰ ਲੱਗਦਾ ਸੀ ਕਿ ਵਾਕਈ ਕਿਤੇ ਯਾਰ ਐਕਸੀਡੈਂਟ ਨਾ ਹੋਵੇ, ਪਰ ਉਸ ਤੋਂ ਬਾਅਦ ਜਿਵੇਂ ਇੰਡੀਅਨ ਸਟੇਟ ਦਾ ਰਵੱਈਆ ਦੇਖਿਆ ਅਤੇ ਜਿਵੇਂ ਸਾਡੇ ਬਾਹਰਲੇ ਮੁਲਕਾਂ 'ਚ ਜਾ ਕੇ ਬੰਦੇ ਮਾਰਤੇ, ਅਤੇ ਇੱਧਰ ਸਿੱਧੂ ਮੂਸੇ ਵਾਲਾ ਮਾਰਤਾ, ਭਾਈ ਹਰਦੀਪ ਸਿੰਘ ਹੁਣੀ ਮਾਰਤੇ ਕੈਨੇਡਾ ਦੇ ਵਿੱਚ, ਅਤੇ ਭਾਈ ਪਰਮਜੀਤ ਸਿੰਘ ਹੁਣੀ ਪਾਕਿਸਤਾਨ 'ਚ ਮਾਰਤੇ, ਅਤੇ ਹੈ ਨਾ ਖੰਡਾ ਬਾਈ ਇੰਗਲੈਂਡ 'ਚ ਮਾਰਤਾ, ਅਵਤਾਰ ਸਿੰਘ ਖੰਡਾ। ਅਤੇ ਹੁਣ ਤਾਂ ਇਹ ਆ ਵੀ ਇੰਡੀਅਨ ਸਟੇਟ ਨੇ ਕੀਤਾ ਸਾਰਾ ਕੁਛ, ਜਿਹੜੇ ਬੰਦੇ ਇਹਨਾਂ ਦੇ ਜੋ ਇਹ ਜਬਰ ਔਰ ਜ਼ੁਲਮ ਕਰਦੇ ਨੇ ਉਰੇ ਸਿੱਖਾਂ ਦੇ ਉਹਦੇ ਖਿਲਾਫ਼ ਬੋਲਦਾ ਉਹਨੂੰ ਮਾਰ ਦਿੰਦੇ ਨੇ। ਅਤੇ ਫਿਰ USA ਨੇ ਤਾਂ ਹੁਣ ਫੜੇ ਲਿਆ ਉਹ ਇੱਕ ਕੋਈ ਗੁਪਤਾ, ਉਹਨਾਂ ਨੇ ਕਾਬੂ ਕਰ ਲਿਆ ਉੱਥੇ ਕਿਸੇ ਗੁਰੂ ਕੇ ਸਿੱਖ ਨੂੰ ਮਾਰਨ ਗਏ ਸੀ ਇਹ। ਇਸ ਕਰਕੇ ਹੁਣ ਇਹ ਲੱਗਦਾ ਕਿ ਵਾਕਈ ਇੰਡੀਅਨ ਸਟੇਟ ਨੇ ਦੀਪ ਨੂੰ ਮਾਰਿਆ। ਤਲਵਾਰਾ ਜੀ, ਇੱਕ ਬੋਲਡ ਸਵਾਲ ਮੈਂ ਤੁਹਾਨੂੰ ਕਰਨ ਲੱਗੀ ਹਾਂ, ਕਿਉਂਕਿ ਅਕਸਰ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹੁੰਦੇ ਹਾਂ, ਬਹੁਤ ਸਾਰੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਕੌਮ ਦਾ ਹੀਰਾ ਮੰਨਦੇ ਨੇ, ਸ਼ਹੀਦ ਮੰਨਦੇ ਨੇ, ਪਰ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਸੀ ਜਿਹੜੇ ਉਹਨਾਂ ਦੀ ਸੰਬੰਧਾਂ ਨੂੰ ਲੈ ਕੇ ਸਵਾਲ ਕਰਦੇ ਸੀ, ਉਹਨਾਂ ਦੀ ਮਹਿਲਾ ਮਿੱਤਰ ਰੀਨਾ ਰਾਏ ਦੇ ਨਾਲ ਜਿਸ ਤਰ੍ਹਾਂ ਦੇ ਉਹਨਾਂ ਦੇ ਸੰਬੰਧ ਸੀ, ਉਹਦੇ ਲਈ ਵੀ ਉਹ ਸਵਾਲਾਂ ਦੇ ਘੇਰੇ 'ਚ ਰਹਿੰਦੇ ਸੀ ਕਿ ਇੱਕ ਪੰਥਕ ਬੰਦਾ ਹੋ ਕੇ ਗਰਲਫ੍ਰੈਂਡ ਕਿਵੇਂ ਨਾਲ ਰੱਖ ਸਕਦਾ। ਦੇਖੋ ਇਹਦੇ ਬਾਰੇ ਜੀ ਜਿਹੜੀ ਗੱਲ ਦਾ ਮੈਨੂੰ ਪਤਾ ਹੀ ਨਹੀਂ ਹੈਗਾ, ਮੈਂ ਕਦੇ, ਮੈਂ ਮੇਰੀ ਇੱਕ ਗੱਲ ਸੁਣੋ ਪੁੱਤਰ, ਤੁਸੀਂ ਵੀ ਸਾਡੇ ਬੱਚਿਆਂ ਵਰਗੇ ਹੋ, ਮੈਂ ਕਿਸੇ ਦੀ ਧੀ ਭੈਣ ਬਾਰੇ ਨਹੀਂ ਕੁਛ ਵੀ ਕਹਿ ਸਕਦਾ, ਨਾ ਮੈਂ ਕਦੇ ਜ਼ਿੰਦਗੀ 'ਚ ਕਿਹਾ ਅਤੇ ਨਾ ਮੈਂ ਆਉਣ ਵਾਲੇ ਸਮੇਂ 'ਚ ਕਹੂੰਗਾ। ਨਾ ਮੈਂ ਕਦੇ ਰੀਨਾ ਨੂੰ ਮਿਲਿਆ, ਨਾ ਮੇਰੇ ਨਾਲ ਕਦੇ ਦੀਪ ਨੇ ਰੀਨਾ ਦੀ ਗੱਲਬਾਤ ਕੀਤੀ, ਅਤੇ ਨਾ ਮੈਂ ਉਹਨੂੰ ਕਦੇ ਉਹਦੇ ਨਾਲ ਟੈਲੀਫੋਨ 'ਤੇ ਗੱਲਬਾਤ ਹੋਈ, ਅਤੇ ਮੈਂ ਕਦੇ ਨਹੀਂ ਉਸ ਕੁੜੀ ਨੂੰ ਮਿਲਿਆ। ਮੈਂ ਉਹਦਾ ਨਾਂ ਜ਼ਰੂਰ ਸੁਣਿਆ, ਬੜਾ ਕੁਛ ਲੋਕਾਂ ਨੇ ਉਹਦੇ ਬਾਰੇ ਬੋਲਿਆ, ਮੈਂ ਉਸ ਚੀਜ਼ ਦੇ ਸਖ਼ਤ ਖਿਲਾਫ਼ ਹਾਂ। ਉਹ ਦੀਪ ਦੀ ਉਹਦੇ ਨਾਲ ਕੀ ਸੀ ਮੈਨੂੰ ਬਿਲਕੁਲ ਕੋਈ ਪਤਾ ਨਹੀਂ, ਨਾ ਮੇਰੇ ਨਾਲ ਦੀਪ ਨੇ ਕਦੇ ਇਹੋ ਜਿਹੀਆਂ ਗੱਲਾਂ ਸਾਂਝੀਆਂ ਕਰੀਆਂ ਨੇ, ਕਿਉਂਕਿ ਅਸੀਂ ਜਨਮ ਤੋਂ ਲੈ ਕੇ ਪੰਥ ਨਾਲ ਜੁੜੇ ਹੋਏ ਹਾਂ, ਅਤੇ ਮੇਰੇ ਨਾਲ ਇੱਕ ਉਹਦਾ ਪੰਥਕ ਪਿਆਰ ਸੀ। ਮੈਂ ਉਹਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਜਿੰਨਾ ਚਿਰ ਪੰਜਾਬ ਔਰ ਪੰਥ ਨਾਲ ਮਿੱਤਰਾ ਤੂੰ ਖੜੇਗਾ, ਪਲਵਿੰਦਰ ਸਿੰਘ ਤੇਰੇ ਨਾਲ ਮੂਹਰੇ ਖੜੂਗਾ, ਛਾਤੀ ਡਾ ਕੇ ਖੜੂਗਾ, ਔਰ ਮੈਂ ਆਪਣਾ ਵਚਨ ਨਿਭਾਇਆ, ਮੈਂ ਉਹਦੇ ਨਾਲ ਖੜਿਆ। ਉਸ ਵੇਲੇ ਵੀ
ਖੜੇ ਆ ਜਦੋਂ 26 ਜਨਵਰੀ ਨੂੰ ਉਹਨੇ ਝੰਡਾ ਚੜਾਇਆ, ਸਾਰੀ ਦੁਨੀਆਂ ਨੇ ਦੇਖਿਆ, ਭੱਜ ਗਏ ਸੀ ਬੜੇ ਬੜੇ ਜਿਹੜੇ ਅੱਜ ਕੱਲ੍ਹ ਬੜੇ ਵਿਦਵਾਨ ਬੋਲਦੇ ਨੇ, ਸਭ ਭੱਜ ਗਏ ਸੀ, ਟੈਲੀਫੋਨ ਬੰਦ ਕਰ ਲਏ ਸੀ। ਉਸ ਵੇਲੇ ਪਰਮਿੰਦਰ ਸਿੰਘ ਉਹਦੇ ਨਾਲ ਖੜਿਆ ਸੀ। ਇਹ ਜਿਹੜੀਆਂ ਨਿੱਜੀ ਗੱਲਾਂ ਨੇ, ਨਾ ਮੇਰੇ ਨਾਲ ਉਹਨੇ ਕਦੇ ਸਾਂਝੀਆਂ ਕਰੀਆਂ ਨੇ ਅਤੇ ਨਾ ਮੈਂ ਉਹਨੂੰ ਕਦੇ ਪੁੱਛਿਆ। ਅਤੇ ਉਹ ਸਾਡੀ ਜਿਹੜੀ ਕੁੜੀ ਦਾ ਤੁਸੀਂ ਨਾਂ ਲਿਆ ਕੀ, ਰੀਨਾ ਰਾਏ, ਰੀਨਾ, ਅਤੇ ਮੈਂ ਉਹਨੂੰ ਕਦੇ ਨਹੀਂ ਜੀ ਮਿਲਿਆ, ਨਾ ਮੈਂ ਕਦੇ ਉਹਦਾ ਫੋਨ ਸੁਣਿਆ, ਨਾ ਉਹਨੂੰ ਕਦੇ ਬੁਲਾਇਆ ਵਿਚਾਰੀ ਨੂੰ, ਹੈ ਨਾ। ਅਤੇ ਉਹ ਵੀ ਜਿਵੇਂ ਆਮ ਸਾਡੀਆਂ ਧੀਆਂ ਭੈਣਾਂ ਨੇ, ਮੈਨੂੰ ਤਾਂ ਉਹ ਵੀ ਉੱਕਣੇ ਆ, ਹੈ ਨਾ। ਅਤੇ ਮੈਨੂੰ ਇਸ ਗੱਲ ਬਾਰੇ ਕੋਈ ਪਤਾ ਨਹੀਂ ਹੈਗਾ ਕਿ ਕੀ ਗੱਲ ਸੀ, ਕੀ ਬਾਤ ਸੀ, ਬਿਲਕੁਲ ਹੀ। ਠੀਕ ਹੈ, ਤੁਸੀਂ ਕਹਿ ਰਹੇ ਸੀ ਕਿ ਦੀਪ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ, ਕਿਹੜੀਆਂ ਕਿਤਾਬਾਂ ਉਹ ਬਹੁਤ ਜ਼ਿਆਦਾ ਪੜ੍ਹਦੇ ਸੀ? ਨਹੀਂ, ਇੰਨਾ ਸ਼ੌਂਕ ਨਹੀਂ ਸੀ, ਮੈਂ ਤੁਸੀਂ ਥੋੜ੍ਹਾ ਜਿਹਾ ਉਹ ਕਹਿਤਾ, ਉਹ ਪੜ੍ਹਦਾ ਸੀਗਾ ਸਿੱਖ ਸੰਘਰਸ਼ ਬਾਰੇ। ਅਤੇ ਉਹਨੇ ਮੈਨੂੰ ਇਹ ਗੱਲ ਦੱਸੀ ਕਿ ਮੈਂ ਜਿਹੜਾ 78 ਤੋਂ ਲੈ ਕੇ ਸੰਤ ਜਰਨੈਲ ਸਿੰਘ ਉਹਨਾਂ ਨੇ ਸੰਘਰਸ਼ ਲੜਿਆ, ਮੈਂ ਉਹ ਬਹੁਤ ਪੜ੍ਹਨਾ ਚਾਹੁੰਦਾ, ਹੋਰ ਪੜ੍ਹਨਾ ਚਾਹੁੰਦਾ ਸੀ। ਉਹ ਇਹ ਕਹਿੰਦਾ ਸੀ ਵੀ ਉਹ ਕਿਤਾਬਾਂ ਹੋਰ ਕਿੱਥੋਂ ਮਿਲੀਆਂ। ਉਹਨੇ ਲਗਭਗ ਜਿਹੜੀਆਂ ਕਿਤਾਬਾਂ ਮਾਰਕੀਟ 'ਚ ਜ਼ਿਆਦਾ ਸੀ ਉਹ ਪੜ੍ਹੀਆਂ ਵੀ। ਹਰੀ ਸਿੰਘ ਨਲੂਏ ਬਾਰੇ ਬਹੁਤ ਪੜ੍ਹਦਾ ਹੁੰਦਾ ਸੀ, ਸੰਤ ਜਰਨੈਲ ਸਿੰਘ ਉਹਨਾਂ ਬਾਰੇ ਬਹੁਤ ਪੜ੍ਹਦਾ ਹੁੰਦਾ ਸੀ, ਭਾਈ ਗੁਰਜੰਟ ਸਿੰਘ ਉਹਨਾਂ ਬਾਰੇ ਬਹੁਤ ਗੱਲਾਂ ਕਰਦਾ ਹੁੰਦਾ ਸੀ। ਅਤੇ ਉਹ ਭਾਈ ਜਗਤਾਰ ਸਿੰਘ ਹਵਾਰੇ ਦੀ, ਭਾਈ ਬਲਵੰਤ ਸਿੰਘ ਰਾਜੂ ਉਹਨਾਂ ਦੀ, ਭਾਈ ਜਗਤਾਰ ਰਾਜੂਆਣੇ ਦੀ, ਭਾਈ ਜਗਤਾਰ ਸਿੰਘ ਤਾਰੇ ਦੀ, ਜਿਹੜੇ ਆਪਣੇ ਗੁਰੂ ਕੇ ਸਿੱਖ ਅੰਦਰ ਨੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ, ਸਾਰੇ ਗੁਰੂ ਕੇ ਸਿੱਖ, ਜਦ ਇਹਨਾਂ ਬੰਦੀ ਸਿੰਘਾਂ ਦੀ ਉਹ ਗੱਲ ਕਰਦਾ ਰੋਣ ਲੱਗ ਜਾਂਦਾ ਸੀ, ਇੰਨਾ ਪਿਆਰ ਕਰਦਾ ਸੀ। ਬੰਦੀ ਸਿੰਘਾਂ ਬਾਰੇ ਜਾਣਦੇ ਸੀ ਉਹ ਬਹੁਤ ਚੰਗੀ ਤਰ੍ਹਾਂ? ਬਿਲਕੁਲ, ਬੰਦੀ ਸਿੰਘਾਂ ਨੂੰ ਬਹੁਤ ਉਹ ਪਿਆਰ ਕਰਦੇ ਸੀ, ਹਾਲਾਂਕਿ ਉਹ ਕਦੇ ਨਹੀਂ ਸੀ ਮਿਲਿਆ, ਉਹਨੂੰ ਕੋਈ ਇਹਨਾਂ ਬਾਰੇ ਬਹੁਤਾ ਨਹੀਂ ਸੀ ਪਤਾ। ਪਰ ਉਰੇ ਪੰਜਾਬ 'ਚ ਆ ਕੇ ਜਦ ਉਹਨੂੰ ਪਤਾ ਲੱਗਿਆ ਵੀ ਇੰਨਾ ਇੰਨਾ ਸਮਾਂ ਅੰਦਰ ਹੋ ਗਿਆ, ਜਿੰਨੀ ਸਜ਼ਾ ਬਣਦੀ ਉਦੋਂ ਦੁੱਗਣੀ ਤੋਂ ਵੱਧ ਸਜ਼ਾ ਕੱਟ ਲਈ, ਤਾਂ ਉਹ ਬਹੁਤ ਭਾਵਕ ਹੋ ਜਾਂਦਾ ਸੀ, ਰੋਣ ਲੱਗ ਜਾਂਦਾ ਸੀ, ਮੈਂ ਆਪ ਦੇਖਿਆ, ਅੱਖਾਂ ਭਰੇ ਆਉਂਦਾ ਸੀ। ਕਿਸਾਨੀ ਸੰਘਰਸ਼ ਜਦੋਂ ਦਿੱਲੀ ਨਹੀਂ ਪਹੁੰਚਿਆ ਸੀ, ਯਾਨੀ ਕਿ ਸਿੰਘੂ ਜਾਂ ਟਿਕਰੀ ਬਾਰਡਰ 'ਤੇ ਨਹੀਂ ਪਹੁੰਚਿਆ ਸੀ, ਉਸ ਤੋਂ ਪਹਿਲਾਂ ਕਾਫੀ ਲੰਬਾ ਸਮਾਂ ਸ਼ੰਭੂ ਮੋਰਚਾ ਲੱਗਿਆ ਰਿਹਾ, ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕਿਸਾਨਾਂ ਦੇ ਚੱਲਦੇ ਰਹੇ। ਦੀਪ ਦੇ ਮਨ 'ਚ ਕਦੋਂ ਆਇਆ ਕਿ ਸ਼ੰਭੂ ਜਾ ਕੇ ਮੋਰਚਾ ਲਾਉਣਾ ਚਾਹੀਦਾ ਅਤੇ 3 ਖੇਤੀ ਕਾਨੂੰਨਾਂ ਦੇ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਹੈ? ਦੇਖੋ, ਉਹ ਮੈਂ ਹੁਣ ਤੁਹਾਨੂੰ ਉਹਦੇ ਬਾਰੇ ਦੱਸਦਾ, ਉਹਦੀ ਜਿਹੜੀ ਸਮਝ ਸੀ ਉਹ ਬਾ ਕਮਾਲ ਸੀਗੀ। ਉਹਦੇ ਮਨ ਵਿੱਚ ਇਹ ਗੱਲ ਸੀ ਕਿ 3 ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਪੰਜਾਬ ਦਾ ਔਰ ਪੰਥ ਦਾ ਮਸਲਾ ਹੱਲ ਨਹੀਂ ਹੋਣਾ। ਉਹ ਕਹਿੰਦਾ ਵੱਡੀ ਲਕੀਰ ਖਿੱਚਣੀ ਪੈਣੀ ਆ ਸੰਤ ਜਰਨੈਲ ਸਿੰਘ ਵਾਲੀ, ਕੌਮ ਨੂੰ ਖੁਦ ਮੁਖਤਿਆਰੀ ਦੀ ਗੱਲ ਕਰਨੀ ਪੈਣੀ ਹੈ, ਕੌਮ ਨੂੰ ਆਜ਼ਾਦੀ ਦੀ ਗੱਲ ਕਰਨੀ ਪੈਣੀ ਹੈ, ਇਹਦੇ ਵਾਸਤੇ ਸਾਡੇ ਕਿਸਾਨ ਤੀ ਜਿਹੜੇ ਲੀਡਰ ਇਹਨਾਂ ਦੀਆਂ ਲੱਤਾਂ 'ਚ ਜਾਣ ਨਹੀਂ ਸੀ। ਇਸੇ ਕਰਕੇ ਦੀਪ ਦਾ ਮੇਰੇ ਨਾਲ ਪਿਆਰ ਬਣਿਆ ਸੀ ਕਿ ਮੈਂ ਉਸ ਗੱਲ 'ਤੇ ਡਟ ਕੇ ਪਹਿਰਾ ਦਿੱਤਾ। ਜਿੱਦਣ ਤੋਂ ਸ਼ੰਭੂ ਮੋਰਚਾ ਲੱਗਿਆ ਉਸ ਦਿਨ ਤੋਂ ਲੈ ਕੇ ਮੈਂ ਡਟ ਕੇ ਉਹਦੇ ਨਾਲ ਰਿਹਾ, ਅਤੇ ਅਸੀਂ ਦੋਏ ਜਣੇ ਉਸ ਵੇਲੇ ਪੰਥ ਬਾਰੇ, ਖਾਲਸਾ ਰਾਜ ਬਾਰੇ, ਕੌਮ ਦੀ ਆਜ਼ਾਦੀ ਬਾਰੇ, ਖੁਦ ਮੁਖਤਿਆਰੀ ਬਾਰੇ ਅਸੀਂ ਦੋਏ ਬੰਦੇ ਸੀ ਜਿਹੜੇ ਡਟ ਕੇ ਬੋਲੇ, ਅੱਜ ਵੀ ਬੋਲ ਰਹੇ ਹਾਂ, ਕੋਈ ਡਰ ਥੋੜ੍ਹਾ ਹੈ। ਅਸੀਂ ਆਪਣਾ ਜਿਹੜਾ ਸਾਡਾ ਖਾਲਸਾ ਰਾਜ, 60 ਸਾਲ ਦਾ ਅਸੀਂ ਖਾਲਸਾ ਰਾਜ ਦੇਖਿਆ, ਅਸੀਂ ਉਹਦੀ ਗੱਲ ਵੀ ਨਹੀਂ ਕਰ ਸਕਦੇ, ਅਸੀਂ ਇੰਨੇ ਮਰ ਗਏ ਜਾਂ ਅਸੀਂ ਇੰਨੇ ਗਏ ਗੁਜਰੇ ਹਾਂ, ਪਰ ਸਾਡੇ ਬਹੁਤੇ ਬੰਦਿਆਂ ਦੀਆਂ ਲੱਤਾਂ 'ਚ ਜਾਨ ਨਹੀਂ ਹੈਗੀ, ਉਹ ਡਰਦੇ ਬਹੁਤ ਨੇ ਸਟੇਟ ਤੋਂ। ਇਸ ਕਰਕੇ ਬਹੁਤ ਛੇਤੀ ਆਤਮ ਸਮਰਪਣ ਜਿਹਾ ਕਰ ਜਾਂਦੇ ਨੇ, ਅਸੀਂ ਤਾਂ ਨਹੀਂ ਕਰਦੇ। ਅਸੀਂ ਸੰਤ ਜਰਨੈਲ ਸਿੰਘ ਉਹਨਾਂ ਦਾ ਦੇਖਿਆ ਹੋਇਆ ਸੰਘਰਸ਼, ਸੰਤ ਜਰਨੈਲ ਸਿੰਘ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੋਇਆ, ਅਸੀਂ ਸਾਡੇ ਸਿੰਘ ਜਿਨ੍ਹਾਂ ਨੇ ਪੰਥ ਲਈ, ਕੌਮ ਲਈ ਸ਼ਹਾਦਤਾਂ ਦਿੱਤੀਆਂ ਨੇ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸਾਰਾ ਸਰਬੰਸ ਵਾਰਤਾ ਦਸਮ ਪਾਤਸ਼ਾਹ ਨੇ ਪੰਥ ਪਿੱਛੇ, ਔਰ ਉਹਨਾਂ ਦੀ ਗੱਲ ਨੂੰ ਅੱਗੇ ਤੋਰਦੇ ਹੋਏ ਸੰਤ ਜਰਨੈਲ ਸਿੰਘ ਉਹਨਾਂ ਨੇ ਕਿੱਡਾ ਬੜਾ ਸੰਘਰਸ਼ ਲੜਿਆ, ਸਾਡੇ ਖਾੜਕੂ ਸਿੰਘਾਂ ਨੇ ਕਿੱਡਾ ਬੜਾ ਸੰਘਰਸ਼ ਲੜਿਆ,
ਅਸੀਂ ਇਹ ਥੋੜ੍ਹਾ ਵੀ ਸਿਲੰਡਰ ਕਰ ਦਾਂਗੇ, ਇਹ ਥੋੜ੍ਹਾ ਕਿ ਇੰਡੀਅਨ ਸਟੇਟ ਜਿਵੇਂ ਚਾਹੂਗੀ ਸਾਨੂੰ ਨਚਾਈ ਜਾਊਗੀ ਜਾਂ ਸਾਨੂੰ ਕੋਈ ਲਾਲਚ ਦੇ ਕੇ ਸਾਨੂੰ ਖਰੀਦ ਲੂਗੀ। ਨਹੀਂ, ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ, ਹਰੇਕ ਜ਼ਖਮੀ ਮੱਥਾ ਝੁਕਦਾ ਨਹੀਂ ਹੁੰਦਾ। ਠੀਕ ਹੈ, ਸਾਨੂੰ ਇੰਡੀਅਨ ਸਟੇਟ ਨਾ ਝੁਕਾ ਸਕਦੀ ਆ ਅਤੇ ਨਾ ਡਰਾ ਸਕਦੀ ਆ। ਵਾਰਿਸ ਪੰਜਾਬ ਦੀ ਜਥੇਬੰਦੀ ਦੀ ਹੁਣ ਮੌਜੂਦਾ ਹਾਲਾਤ ਜਿਹੜੇ ਨੇ ਉਹ ਕੀ ਨੇ, ਕਿਵੇਂ ਤੁਸੀਂ ਹੁਣ ਦੀਪ ਸਿੱਧੂ ਦੀ ਵਿਚਾਰਧਾਰਾ ਨੂੰ ਜਿਹੜਾ ਅੱਗੇ ਲੈ ਕੇ ਜਾ? ਦੇਖੋ, ਕੋਸ਼ਿਸ਼ ਕਰ ਰਹੇ ਹਾਂ, ਦੋ ਵਾਰਿਸ ਪੰਜਾਬ ਦੀਆਂ ਜਥੇਬੰਦੀਆਂ ਨੇ, ਹੈ ਨਾ, ਇੱਕ ਅੰਮ੍ਰਿਤਪਾਲ ਸਿੰਘ ਵਾਲੀ ਅਤੇ ਇੱਕ ਹਰਨੇਕ ਸਿੰਘ ਫੌਜੀ ਵਾਲੀ। ਜਿਹੜੀ ਹਰਨੇਕ ਸਿੰਘ ਫੌਜੀ ਵਾਲੀ ਹੈ, ਇਹ ਤਾਂ ਬਿਲਕੁਲ ਠੱਪੇ ਆ ਇਹਨਾਂ ਦਾ ਤਾਂ ਕੰਮ, ਮੈਂ ਤੁਹਾਨੂੰ ਸਪਸ਼ਟ ਸ਼ਬਦਾਂ 'ਚ ਕਹਿੰਦਾ, ਤਾਂ ਕੁਛ ਨਹੀਂ ਕਰਦੇ, ਕਿਤੇ ਜਾਂਦੇ ਆਉਂਦੇ ਨਹੀਂ, ਕੋਈ ਆਪਸ 'ਚ ਤਾਲਮੇਲ ਨਹੀਂ ਹੈਗਾ। ਇੱਧਰੋਂ ਤਾਂ ਮੈਂ ਇਕੱਲਾ ਹੀ ਹਰੇਕ ਪੰਥਕ ਜਿੱਥੇ ਕਿ ਵੀ ਕੋਈ ਗੱਲਬਾਤ ਹੁੰਦੀ ਆ, ਕੋਈ ਸਮਾਗਮ ਹੁੰਦਾ, ਹਰੇਕ ਜਗ੍ਹਾ ਜਾਂਦੇ ਹਾਂ, ਸਟੇਟ ਨੂੰ ਜਿਹੜੀ ਗੱਲ ਕਹਿਣ ਵਾਲੀ ਉਹ ਠੋਕ ਵਜਾ ਕੇ ਕਹਿੰਦੇ ਹਾਂ, ਬੇਖੌਫ ਹੋ ਕੇ ਕਹਿੰਦੇ ਹਾਂ। ਜਿਹੜੀਆਂ ਗੱਲਾਂ ਸਾਨੂੰ ਦੀਪ ਸਿੱਧੂ ਕਹਿ ਕੇ ਗਿਆ ਸੀ, ਜਿਹੜੀ ਉਹਦੀ ਇਕੱਲੀ ਇਕੱਲੀ ਗੱਲ ਆ, ਉਹਦੇ 'ਤੇ ਪਹਿਰਾ ਦੇ ਰਹੇ ਹਾਂ, ਸਿੱਖ ਕੌਮ ਦੀ, ਪੰਜਾਬ ਦੀ ਡਟ ਕੇ ਗੱਲ ਕਰ ਰਹੇ ਹਾਂ, ਸਦੋਂ ਕਰਦੇ ਰਹਾਂਗੇ ਜਿੰਨਾ ਚਿਰ ਜਿਉਂਦੇ ਹਾਂ। ਜਿੰਨਾ ਚਿਰ ਪਲਵਿੰਦਰ ਸਿੰਘ ਤਲਵਾੜਾ ਜਿਉਂਦਾ, ਦੀਪ ਸਿੱਧੂ ਦੀ ਵੀ ਗੱਲ ਕਰਦਾ ਰਹੂਗਾ। ਦੁਨੀਆਂ ਦੀ ਕੋਈ ਤਾਕਤ ਮੈਨੂੰ ਹਟਾ ਨਹੀਂ ਸਕਦੀ। ਸੰਤ ਜਰਨੈਲ ਸਿੰਘ ਉਹਨਾਂ ਦੀ ਵੀ ਗੱਲ ਕਰਦੇ ਰਹਾਂਗੇ, ਸਾਡੇ ਖਾੜਕੂ ਸਿੰਘਾਂ ਦੀ ਵੀ ਗੱਲ ਕਰਦੇ ਰਹਾਂਗੇ। ਐਡੀਆਂ ਸ਼ਹਾਦਤਾਂ ਹੋ ਗਈਆਂ, ਐਡੀਆਂ ਉਹਨਾਂ ਨੇ ਕੁਰਬਾਨੀਆਂ ਕਰਤੀਆਂ, ਉਹਨਾਂ ਨੂੰ ਕਿਵੇਂ ਭੁੱਲ ਜਾਵਾਂਗੇ ਅਸੀਂ? ਇਸ ਵਾਸਤੇ ਜਿਹੜੀ ਅੰਮ੍ਰਿਤਪਾਲ ਵਾਲੀ ਜਥੇਬੰਦੀ ਆ, ਉਹ ਹੁਣ ਅੰਮ੍ਰਿਤਪਾਲ ਸਿੰਘ ਹੁਣੀ ਮੈਂਬਰ ਪਾਰਲੀਮੈਂਟ ਬਣ ਗਏ, ਹੁਣ ਉਹਨਾਂ ਦੇ ਹੱਥ ਹੈ ਕਿ ਉਹਨਾਂ ਨੇ ਉਹਨੂੰ ਕਿੱਧਰ ਨੂੰ ਲੈ ਕੇ ਜਾਣਾ। ਇਹ ਉਹੀ ਜਥੇਬੰਦੀ ਹੈ ਜੋ ਦੀਪ ਸਿੱਧੂ ਵੱਲੋਂ ਬਣਾਈ ਗਈ ਸੀ। ਹਾਂਜੀ, ਉਹ ਦੋ ਫਾੜ ਹੋ ਗਈ ਸੀਗੀ, ਅੱਧੇ ਬੰਦੇ ਉੱਧਰ ਹੋ ਗਏ ਸੀ, ਅੱਧੇ ਇੱਧਰ ਹੋ ਗਏ ਸੀ, ਹਰਨੇਕ ਸਿੰਘ ਫੌਜੀ ਵਾਲੀ, ਦੀਪ ਦੇ ਪਰਿਵਾਰ ਵਾਲੀ। ਦੀਪ ਦੇ ਪਰਿਵਾਰ ਦਾ ਵੀ ਹੁਣ ਜਥੇਬੰਦੀ 'ਚ ਕੋਈ ਇੰਟਰਸਟ ਨਹੀਂ ਹੈਗਾ, ਉਹਨਾਂ ਨੂੰ ਪੰਥ ਪੰਜਾਬ ਤੱਕ ਕੋਈ ਨਹੀਂ ਰਿਹਾ, ਬਿਲਕੁਲ ਟੁੱਟ ਗਿਆ ਸਿਸਟਮ। ਐਵੇਂ ਮੈਂ ਕਹਾਂ, ਲਾ ਕੇ ਨਹੀਂ ਮੈਂ ਗੱਲ ਕਰਦਾ, ਕਿਸੇ ਨੂੰ ਫੋਨ ਨਹੀਂ ਉਹ ਕਰਦੇ, ਕਿਸੇ ਪੰਥਕ ਇਕੱਠ ਤੇ ਬਹੁਤ ਘੱਟ ਤੇ ਨੇ ਜੇ ਜਾਂਦੇ ਨੇ। ਉਹਨਾਂ ਦੇ ਭਰਾ ਪਹਿਲਾਂ ਤੇ ਬੜੇ ਐਕਟਿਵ ਰਹਿੰਦੇ ਸੀ। ਹਾਂ, ਬਸ ਹੁਣ ਹੈ ਨਹੀਂ ਜੀ ਕਿਤੇ ਐਕਟਿਵ, ਹਨਾ, ਤੇ ਕੁਛ ਜਿੰਨਾ ਚਿਰ ਆਪਾਂ ਸਿਧਾਂਤ ਤੇ ਖੜਨ ਦੀ ਜ਼ਰੂਰਤ ਨਹੀਂ ਰੱਖਦੇ, ਜਿੰਨਾ ਚਿਰ ਆਪਾਂ ਦੀਪ ਸਿੱਧੂ ਦੀ ਗੱਲ ਨਹੀਂ ਕਰਾਂਗੇ, ਤੁਹਾਡੇ ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ। ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਇਹ ਰਸਤਾ ਉਹ ਆ। ਇਹਦੇ ਤੇ ਬਹੁਤ ਬਿਰਲੇ ਹੁੰਦੇ ਨੇ ਜਿਹੜੇ ਖੜਦੇ ਨੇ, ਜਿਹੜੇ ਇਹਦੇ ਤੇ ਪਹਿਰਾ ਦਿੰਦੇ ਨੇ। ਜਿੰਨਾ ਚਿਰ ਪਲਵਿੰਦਰ ਸਿੰਘ ਜਿਉਂਦਾ, ਦੀਪ ਸਿੱਧੂ ਦੀ, ਸੰਤ ਜਰਨੈਲ ਸਿੰਘ ਉਹਨਾਂ ਦੀ ਅਤੇ ਸਾਡੇ ਸ਼ਹੀਦਾਂ ਦੀ ਜਿਹਨਾਂ ਨੇ ਹਥਿਆਰਬੰਦ ਸੰਘਰਸ਼ ਲੜਿਆ, ਉਹਨਾਂ ਦੀ ਗੱਲ ਸਦੋਂ ਕੀਤੀ ਹੈ ਅਤੇ ਜਿੰਨਾ ਚਿਰ ਜਿਉਂਦੇ ਆ ਕਰਦੇ ਰਹਾਂਗੇ। ਠੀਕ ਹੈ ਬਲਵਿੰਦਰ ਤਲਵਾੜਾ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼, ਜਿਸ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਦੀਪ ਸਿੱਧੂ ਬਾਰੇ। ਦੀਪ ਸਿੱਧੂ ਕੌਣ ਸੀ, ਤਮਾਮ ਉਹਨਾਂ ਸਵਾਲਾਂ 'ਤੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਜੋ ਲਗਾਤਾਰ ਉੱਠਦੇ ਸੀ, ਅਤੇ ਦੀਪ ਸਿੱਧੂ ਬਾਰੇ ਜਾਣਨ ਦੀ ਉਤਸੁਕਤਾ ਵੀ ਕਈਆਂ ਨੂੰ ਹੁੰਦੀ ਸੀ। ਸੋ ਅੱਜ ਅਸੀਂ ਉਹਨਾਂ ਦੇ ਸਾਥੀ ਪਲਵਿੰਦਰ ਸਿੰਘ ਤਲਵਾੜਾ ਦੇ ਨਾਲ ਗੱਲਬਾਤ ਕੀਤੀ ਹੈ। ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ, ਸਤਲੁਜ TV।